करैक्टर सुरेश रैना के रिश्तेदार के कतल मामले में पठानकोट पुलिस वालों श्री मुक्तसर साहब गिरफ्तार हुई महिला नू प्रोडक्शन वारंट उत्ते लिया गया। इस महिला उत्ते दोष है कि इसने वारदात तो पहला कतल होए व्यक्तियों के घर की रैकी की सी। मुक्तसर पुलिस वालों दो होर दोषियों नू गिरफ्तार किया गया है। पठानकोट पुलिस वालों प्रोडक्शन वारंट उत्ते उन्हां नू भी लिया जा रहा है। इस कतल मामले में कुल 14 लोग शामिल सन जिन्हां विचों 8 फड़ ले गए हैं। ਹਾਲ ਵਾਲਾ ਕੇਸ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ 19-20 ਅਗਸਤ ਦੀ ਰਾਤ ਨੂੰ ਉੱਥੇ ਅਸ਼ੋਕ ਕੁਮਾਰ ਦੇ ਘਰ ਡਕੈਤੀ ਹੋਈ ਸੀਗੀ, ਜਿਸ ਵਿੱਚ ਅਸ਼ੋਕ ਕੁਮਾਰ ਦੀ ਅਤੇ ਉਸਦੇ ਬੇਟੇ ਕੌਸ਼ਲ ਦੀ ਡੈਥ ਹੋ ਗਈ ਸੀ। ਕੌਸ਼ਲ ਦੀ ਬਾਅਦ 'ਚ ਡੈਥ ਹੋ ਗਈ ਇਲਾਜ ਦੇ ਦੌਰਾਨ। ਅਤੇ ਉਸ ਕੇਸ ਵਿੱਚ ਜਿਹੜਾ ਅਸੀਂ ਸੀਨੀਅਰ ਅਫਸਰਾਂ ਦੀ ਹਦਾਇਤ ਅਨੁਸਾਰ ਉਹ ਕੇਸ ਟੇਸ ਕਰ ਲਿਆ ਸੀਗਾ, ਜਲਦੀ ਟੇਸ ਹੋ ਗਿਆ ਸੀਗਾ। ਉਸ ਵਿੱਚ ਪਹਿਲਾਂ 5 ਵਿਅਕਤੀ ਗ੍ਰਿਫਤਾਰ ਹੋ ਚੁੱਕੇ ਸੀਗੇ ਅਤੇ ਹੁਣ ਇੱਕ ਜਿਹੜੀ ਲੇਡੀ ਤਵੱਜਲ ਹੋਈ ਵੀ ਹੈ ਉਹਨੂੰ ਹੁਣ ਮੁਕਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਅਤੇ ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਏ ਹਾਂ। ਉਹ ਇਸ ਸਮੇਂ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਹੈ। ਇਹਦੇ ਵਿੱਚ ਟੋਟਲ ਜੀ 14 ਬੰਦੇ ਨੇ ਅਤੇ ਇਹਦੇ 'ਚ ਅਸੀਂ 6 ਤਾਂ ਗ੍ਰਿਫਤਾਰ ਕਰ ਲਏ ਨੇ, 8 ਰਹਿ ਗਏ ਨੇ। 2 ਜਿਹੜੇ ਆ ਆਲਰੇਡੀ ਗ੍ਰਿਫਤਾਰ ਮੁਕਤਸਰ ਨੇ ਕੀਤੇ ਹੋਏ ਨੇ, ਉਹ ਵੀ ਅਸੀਂ ਜਲਦੀ ਲਿਆ ਰਹੇ ਹਾਂ ਅਤੇ ਤਫਤੀਸ਼ 'ਚ ਉਹਨਾਂ ਨੂੰ ਵੀ ਸ਼ਾਮਿਲ ਤਫਤੀਸ਼ ਕੀਤਾ ਜਾਵੇਗਾ।